ਪੰਜਾਬ ਦਾ ਕਿਸਾਨ ਜਿੱਥੇ ਪਹਿਲਾਂ ਹੀ ਮਹਿੰਗਾਈ ਦੀ ਮਾਰ ਚੱਲ ਰਿਹਾ ਉੱਥੇ ਸੋਕੇ ਨੇ ਪੰਜਾਬ ਦੇ ਕਿਸਾਨਾਂ ਦਾ ਲੱਖ ਤੋੜ ਕੇ ਰੱਖ ਦਿੱਤਾ ਹੈ ਇਸ ਵਿਸ਼ੇ ਦੇ ਬਾਬਤ ਵਿਸਥਾਰ ਚ ਚਰਚਾ ਕਰਾਂਗੇ ਸਾਡੇ ਨਾਲ ਖੇਤੀਬਾੜੀ ਮੰਤਰੀ ਜਹਦਾਰ ਤੋਤਾ ਸਿੰਘ ਜੁੜੇ ਹੋਏ ਨੇ ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਔਰ ਬਤੌਰ ਕਿਸਾਨ ਸਾਡੀ ਸਟੂਡੀਓ ਵਿੱਚ ਸ਼ਰਕਤ ਕੀਤੀ ਹੈ ਅੱਜ ਜੋਰਾ ਸਿੰਘ ਪੁੱਲਰ ਹੌਲਾਨੀ ਇਸ ਵਿਸ਼ੇ ਤੇ ਵਿਸਥਾਰ ਚ ਗੱਲਬਾਤ ਕਰਾਂਗੇ ਦਵਿੰਦਰ ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਚਾਹੇ ਵਰਖਾ ਦੀ ਗੱਲ ਹੋਵੇ ਚਾਹੇ ਨੁਕਸਾਨ ਦੀ ਗੱਲ ਹੋਵੇ ਤੁਹਾਡੇ ਮੁਤਾਬਕ ਜੋ ਅੰਕੜੇ ਨੇ ਉਹ ਕੀ ਬਿਆਨ ਕਰਦੇ ਨੇ ਬਹੁਤ ਕਲੀਅਰ ਹੈ ਕਿ ਬਈ ਇੱਕ ਦੇਸ਼ ਵਿੱਚ ਸਾਰੇ ਦੇਸ਼ ਵਿੱਚ ਸੁੱਖਾ ਪਿਆ ਹੈਗਾ ਬਹੁਤ ਸਾਰੇ ਇਲਾਕਿਆਂ ਵਿੱਚ ਲੇਕਿਨ ਇੱਕ ਇਮਪ੍ਰੈਸ਼ਨ ਇੱਕ ਚਲਾ ਗਿਆ ਹੈਗਾ ਦੇਸ਼ ਵਿੱਚ ਕਿ ਪੰਜਾਬ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਵਿੱਚ ਇਰੀਗੇਸ਼ਨ ਹੈ ਔਰ ਇਹ ਮੈਸੇਜ ਜਾਨਦਾਰ ਇੱਕ ਮਨ ਲੱਗਦਾ ਹੈ ਕਿ ਇੱਕ ਗਲਤ ਫहमी ਵੀ ਨਾਲ ਜਾਂਦੀ ਹੈ ਕਿ ਬਈ ਕੋਈ ਨੁਕਸਾਨ ਤਾਂ ਹੋਇਆ ਨਹੀਂ ਹੈ ਸਿਵਾਏ ਸਿਰਫ ਕਾਸਟ ਵੱਧ ਗਈ ਹੈ ਕਿ ਇਹ ਜੋ ਕਲਟੀਵੇਸ਼ਨ ਦੀ ਕਿਉਂਕਿ ਪਾਣੀ ਪੰਪ ਕਰਨਾ ਪੈ ਰਿਹਾ ਡੀਜ਼ਲ ਔਰ ਇਲੈਕਟ੍ਰਿਸਿਟੀ ਦੀ ਗੱਲ ਜਿਹੜੀ ਹੁੰਦੀ ਹੈ ਤੇ ਇਹ ਕੰਪੇਨ ਜਿਹੜਾ ਜਾ ਰਿਹਾ ਇਹ ਬਹੁਤ ਗਲਤ ਹੈ ਉਹ ਜੋ ਤੁਹਾਡੇ ਪੈਕੇਜ ਦਿਖਾਈ ਦਿੱਤਾ ਕਿ ਲੋਕ ਕਿਸਾਨ ਕਿਸ ਤਰ੍ਹਾਂ ਮਾਰ ਚੱਲ ਰਹੇ ਆ ਸੁੱਕੇ ਦੀ ਇਹ ਬੜਾ ਸਪੱਸ਼ਟ ਹੈ ਕਿ ਇਸ ਵਾਰ ਕਿਸਾਨਾਂ ਵਾਸਤੇ ਇੱਕ ਬਹੁਤ ਹੀ ਕਠਿਨਾਈ ਦਾ ਪੀਰੀਅਡ ਹੈਗਾ ਔਰ ਸਰਕਾਰ ਅਗਰ ਉਸ ਟਾਈਮ ਨਹੀਂ ਜੰਪ ਕਰਦੀ ਹੈ ਨਹੀਂ ਨਾਦੀ ਮਦਦ ਤੇ ਆਂਦੀ ਹੈ ਨਹੀਂ ਪ੍ਰੋਐਕਟਿਵ ਹੁੰਦੀ ਹੈ ਤਾਂ ਮਨੁੱਖ ਦਾ ਕਿਸਾਨ ਦੀ ਹਾਲਤ ਇਸ ਤਰ੍ਹਾਂ ਬਹੁਤ ਜਾਰੇ ਜਿਹੜਾ ਕ੍ਰਾਈਸਿਸ ਜਿਹੜਾ ਹੈਗਾ ਉਹ ਬੜੇਗਾ ਉਹਦਾ ਕਾਰਨ ਇੱਕ ਹੋਰ ਵੀ ਹੈ ਕਿ ਇੱਕ ਇਮਪ੍ਰੈਸ਼ਨ ਜਿਹੜਾ ਹੈਗਾ ਕਿ ਬਈ ਇੱਕ ਤਾਂ ਇਹ ਹੈ ਕਿ ਬਈ ਇਮਪ੍ਰੈਸ਼ਨ ਬਹੁਤ ਅੱਛਾ ਦਿੰਦਾ ਕਿ ਇਰੀਗੇਸ਼ਨ ਪੰਜਾਬ ਵਿੱਚ ਹੈਗੀ ਹੈ ਜੀ ਲੇਕਿਨ ਦੂਸਰੀ ਗੱਲ ਇਹ ਹੈ ਕਿ ਕਿ ਇੱਕ ਸਰਕਾਰ ਦੀ ਆਪਣੀ ਪਾਲਿਸੀਆਂ ਹੈਗੀਆਂ ਸੈਂਟਰਲ ਗਵਰਨਮੈਂਟ ਦੀਆਂ ਉਹ ਇਹ ਕਹਿੰਦੀਆਂ ਕਿ ਪ੍ਰੋਕਿਊਰਮੈਂਟ ਪ੍ਰਾਈਸ ਤੇ ਅਗਰ ਤੁਸੀਂ ਬੋਨਸ ਦਿਓਗੇ ਤਾਂ ਸਰਕਾਰ ਫਿਰ ਪ੍ਰੋਕਿਊਰ ਨਹੀਂ ਕਰੇਗੀ ਇੱਕ ਇੰਪ੍ਰੈਸ਼ਨ ਚਲਾ ਗਿਆ ਸਰਕਾਰ ਨੇ ਮੈਸੇਜ ਦਿੱਤਾ ਸਭ ਸਰਕਾਰਾਂ ਨੂੰ ਤਾਂ ਇਹ ਪ੍ਰੋਕਿਊਰਮੈਂਟ ਪ੍ਰਾਈਸ ਬੜਾਣ ਦਾ ਬੋਨਸ ਦੇਣ ਦਾ ਕੋਈ ਮਤਲਬ ਨਹੀਂ ਹੈ ਹੁਣ ਸਰਕਾਰ ਨੂੰ ਸਾਡੀ ਸਰਕਾਰ ਨੂੰ ਪੰਜਾਬ ਨੂੰ ਚਾਹੀਦਾ ਹੈ ਕਿ ਵੀ ਕਲੀਅਰ ਕੱਟ ਇੱਕ ਮੈਸੇਜ ਦੇ ਕਿ ਵੀ ਪੰਜਾਬ ਦੇ ਕਿਸਾਨਾਂ ਦੀ ਕਿਸ ਤਰ੍ਹਾਂ ਉਹ ਫਾਈਨੈਂਸ਼ੀਅਲੀ ਮਦਦ ਕਰੇਗੀ ਸਰਕਾਰ ਜਾਣਦੇ ਹੋਏ ਕਿ ਕੀ ਡੈਮੇਜ ਹੋਇਆ ਕੀ ਡੈਮੇਜ ਹੋ ਰਿਹਾ ਹੈਗਾ ਤਾਂ ਕਈ ਚੀਜ਼ਾਂ ਹੈਗੀਆਂ ਪਹਿਲਾ ਜੋ ਬੜਾ ਤੁਹਾਡਾ ਇਸ ਤਰ੍ਹਾਂ ਸਵਾਲ ਕਿ ਕੀ ਮੈਸੇਜ ਜਾਏਗਾ ਉਹ ਇਹੀ ਹੈ ਕਿ ਬਈ ਕਿਸਾਨ ਦੀ ਹਾਲਤ ਇਸ ਟਾਈਮ ਬਹੁਤ ਪਤਲੀ ਹੈ ਕਿਸਾਨ ਦੀ ਹਾਲਤ ਇਸ ਟਾਈਮ ਬਹੁਤ ਪਤਲੀ ਹੈ ਤੇ ਕਿਸਾਨ ਦੀ ਹਾਲਤ ਸੁਧਾਰਨ ਲਈ ਸਰਕਾਰ ਕੀ ਕਰ ਰਹੀ ਹੈ ਸਰਕਾਰ ਦਾ ਪੱਖ ਰੱਖਣ ਲਈ ਸਾਡੇ ਨਾਲ ਖੇਤੀਬਾੜੀ ਮੰਤਰੀ ਤੋਤਾ ਸਿੰਘ ਜੁੜੇ ਹੋਏ ਨੇ ਆ ਜੀ ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਕਿਸਾਨ ਦੀ ਅੱਜ ਦੀ ਹਾਲਤ ਦੇ ਬਾਰੇ ਜਿਤੋਂ ਤੱਕ ਤਾਂ ਕਿਸਾਨ ਦੀ ਹਾਲਤ ਹੈ ਕੁਦਰਤ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਇਨਸਾਨ ਕੋਈ ਸਰਕਾਰ ਨਹੀਂ ਕਰ ਸਕਦੀ ਕੁਦਰਤੀ ਕੁਰੂਪੀ ਦਾ ਇਹ ਕੁਦਰਤੀ ਕੁਰੂਪੀ ਆ ਨਾਰਥ ਇੰਡੀਆ ਦੇ ਵਿੱਚ ਸਾਰੇ ਚ ਸਭ ਤੋਂ ਵੱਧ ਪੰਜਾਬ ਤੇ ਹਰਿਆਣੇ ਚ ਆ ਔਰ ਯੂਪੀ ਦੇ ਵੀ ਜ਼ਿਲ੍ਹਿਆਂ ਵਿੱਚ ਆ ਜਿੱਥੇ ਸਭ ਤੋਂ ਪ੍ਰਭਾਵਸ਼ਾਲੀ ਖੇਤੀ ਹੁੰਦੀ ਹੈ ਔਰ ਸਭ ਤੋਂ ਵੱਧ ਅਫੈਕਟਡ ਉਹਨੂੰ ਪੰਜਾਬ ਹੋ ਰਿਹਾ ਉਹਦਾ ਕਾਰਨ ਕੀ ਹੈ ਕਿ ਪੰਜਾਬ ਦੀ ਖੇਤੀ ਬਹੁਤ ਪਰਫੋਰਮੈਂਸ ਆ ਔਰ ਪੰਜਾਬ ਦਾ ਕਿਸਾਨ ਆਪਦੀ ਖੇਤੀ ਦੇ ਖਰਚ ਬਹੁਤ ਜ਼ਿਆਦਾ ਕਰਦਾ ਔਰ ਖਰਚ ਬਹੁਤਾ ਕਰਦਾ ਕਰਕੇ ਜਦੋਂ ਹੁਣ ਸੋਕੇ ਦਾ ਕਰਕੇ ਉਹਦਾ ਇਨਸਾਨ ਹੋ ਰਿਹਾ ਤੇ ਉਹ ਸਾਡਾ ਪੰਜਾਬ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਕਿਸਾਨ ਨੂੰ ਪੈ ਰਿਹਾ ਔਰ ਇੱਕ ਜਿਹੜਾ ਸੋਕਾ ਜਾਂ ਕਾਲ ਆ ਇਹਨੂੰ ਆਪਾਂ ਸੋਕਾ ਨਹੀਂ ਕਲਾ ਕਰ ਸਕਦੇ ਇੱਕ ਤਰ੍ਹਾਂ ਦਾ ਕਾਲ ਆ ਇਹ ਇਹ ਜਿਹੜਾ ਕਾਲ ਦਾ ਅਸਰ ਆ ਇਹ ਪੰਜਾਬ ਸਰਕਾਰ ਤੇ ਬਹੁਤ ਵੱਡਾ ਬੋਝ ਪੈ ਰਿਹਾ ਜੀ ਜੇ ਅੱਜ ਵੀ ਬਰਖਾ ਹੋ ਜੇ ਚਾਰ ਦਿਨ ਝੜੀ ਲੱਗ ਜੇ ਤਾਂ ਤੁਸੀਂ ਦੱਜਾ ਲਾਓ ਕਿ ਜਿਹੜੀਆਂ ਲੱਖਾਂ ਮੋਟਰਾਂ ਚੱਲਦੀਆਂ ਲੱਖਾਂ ਜੂਂਹ ਰੋਜ਼ ਖਰਚਾ ਹੁੰਦਾ ਬਿਜਲੀ ਦਾ ਅਰਬ ਕਰੋੜਾਂ ਰੁਪਈਆ ਦੀ ਬਿਜਲੀ ਬੱਝ ਸਕਦੀ ਆ ਔਰ ਸਰਕਾਰ ਦੀ ਕੋਲਾ ਬੱਝ ਸਕਦਾ ਇਹ ਕੁਦਰਤ ਦਾ ਮੁਕਾਬਲਾ ਕਰਨਾ ਬੜਾਔਖਾ ਪਰ ਵੱਡਾ ਸਵਾਲ ਇੱਥੇ ਮੰਤਰੀ ਸਾਹਿਬ ਇਹ ਹੈ ਕਿ باوجود ਦੇਖਦੇ ਸਰਕਾਰ ਦੇ ਵੱਲੋਂ ਅਜੇ ਵੀ ਬਿਜਲੀ 3 ਤੋਂ 5 ਘੰਟੇ ਮਹੀਆ ਕਰਵਾਈ ਜਾ ਰਹੀ ਆ ਪਟਿਆਲਾ ਦੇ ਵਿੱਚ ਆ ਸਰਕਾਰ ਦੇ ਖਿਲਾਫ ਧਰਨਾ ਲੱਗਿਆ ਹੋਇਆ ਜਿੱਥੇ ਤੱਕ ਇਹ ਧਰਨੇ ਮਾਰਨੇ ਇਹਨਾਂ ਦਾ ਹੱਕ ਆ ਇਹ ਕਰ ਲੈਣਾ ਇਹ ਸਰਕਾਰ ਦੀ ਨੀਤੀ ਦੇਖਣ ਕੀ ਆ ਇਹ ਇਸ ਬੜੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਤੋਂ ਵੱਧ ਜੇ ਬਿਜਲੀ ਦਿੱਤੀ ਜਾ ਰਹੀ ਪੰਜਾਬ ਦਿੱਤੀ ਜਾ ਰਹੀ ਹੈ ਇੱਕ ਇੱਕ ਅੰਕੜੇ ਇੱਕ ਇੱਕ ਫੀਡਰ ਦੇ ਕੱਟ ਕੇ ਦੇਖੋ ਪਹਿਲਾਂ 8 ਘੰਟੇ ਦਿੰਦੇ ਰਹੇ ਆ ਹੁਣ 15 ਦਿਨ ਤੋਂ 6 ਘੰਟੇ ਕੀਤੀ ਆ ਔਰ ਜਿਹੜੀ 6 ਘੰਟੇ ਕੀਤੀ ਆ ਉਹਦੇ ਨਾਲ ਕਈ ਵਾਰ ਫੀਡਰਾਂ ਤੇ ਐਸਾ ਲੋਡ ਪਿਆ ਹੋਇਆ ਕਿਸਾਨਾਂ ਨੇ ਆਪ ਪਾਇਆ ਜੇ 10 ਦੀ ਮੋਟਰ ਆ 20 ਦੀ ਪਾਲੀ ਕਿਸੇ ਨੇ ਜੇ 15 ਦੀ ਤਾਂ 20 ਦੀ ਪਾਲੀ ਕਈ ਫੀਡਰ ਓਵਰਲੋਡ ਹੋ ਕੇ ਟਰਿੱਪ ਹੋ ਰਹੇ ਆ ਕਈ ਜਿਹੜੇ ਟਰਾਂਸਫਾਰਮ ਆ ਉਹ ਸੜ ਰਹੇ ਆ ਇਸ ਲਈ ਸਾਨੂੰ ਇਸ ਪਾਸੇ ਵੀ ਸੋਚਣਾ ਪਏਗਾ ਜਿਹੜਾ ਫੀਡਰ ਜਿੰਨੇ 볼ਟ ਦਾ ਹੈਗਾ ਉਹਨਾਂ ਉੱਤੇ 볼ਟ ਜਾਵੇ ਤਾਂ ਉਹ ਕਰੇ ਟਰਿੱਪ ਹੀ ਨਾ ਕਰੇ ਬੋਰਡ ਵੱਲੋਂ 6 ਘੰਟੇ ਬਿਜਲੀ ਦਿੱਤੀ ਜਾ ਰਹੀ ਆ ਮੇਰੇ ਆਪ ਦੇ ਮੋਗੇ ਚਲੇ ਜਾ ਕੇ ਪਤਾ ਕਰ ਲਓ 6 ਘੰਟੇ ਬਿਜਲੀ ਮਿਲਦੀ ਆ ਕਿਉਂਕਿ ਅਸੀਂ ਪਹਿਲਾਂ ਬੰਦਵਸਤ ਕੀਤਾ ਵੀ ਅਸੀਂ ਜੇ ਲੋਡ ਵਧਾਉਣਾ ਤਾਂ 31 ਮਾਰਚ ਤੋਂ ਪਹਿਲਾਂ ਬਦਾਲੋ ਨਹੀਂ ਮਗਰੋਂ ਨਹੀਂ ਵਧਾਉਣ ਦੇਣਾ ਪਰ ਵੱਡਾ ਸਵਾਲ ਮੰਤਰੀ ਸਾਹਿਬ ਨੂੰ ਮੈਂ ਮਾਫੀ ਚਾਹਾਂਗਾ ਰੋਕਣ ਦੀ ਵੀ ਵੱਡਾ ਸਵਾਲ ਹੀ ਵੀ ਹੈ ਕਿ ਸੂਬੇ ਦੇ ਡਿਪਟੀ ਸੀਐਮ ਸਰਪਲਸ ਬਿਜਲੀ ਸਪਲਾਈ ਦੀ ਗੱਲ ਕਰਦੇ ਸਨ ਤਾਂ ਆਖਿਰਕਾਰ ਕਿਸਾਨ ਹੀ ਕਿਉਂ ਸੋਚੇ ਕਿ ਲੋਡ ਵਧਾਉਣਾ ਜਾਂ ਫਿਰ ਨਹੀਂ ਸਰਕਾਰ ਦੇ ਸਰਪਲਸ ਬਿਜਲੀ ਦੇਣ ਦੇ ਦਾਅਵੇ ਕਿੱਥੇ ਆ ਸਾਹ ਜੀ ਪਹਿਲਾਂ ਆਪਾਂ ਨੂੰ ਸਮਝਣ ਦੀ ਲੋੜ ਹੈ ਇੱਕ ਫੀਡਰ ਆ ਉਹ 200 ਕਿਲੋਵਾਟ ਚੱਕ ਸਕਦਾ ਜੇ ਉਹਦੇ ਤੇ ਆਪਾਂ ਜੂਨ ਦੇ ਵਿੱਚ ਲਿਆ ਕੇ 200 ਦੀ ਜੇ ਵੀ 220 ਦਾ ਲੋਡ ਪਾ ਦਿਆਂਗੇ ਆਪਦੀਆਂ ਮੋਟਰਾਂ ਵਧਾ ਕੇ ਤਾਂ ਉਹ 80 ਛੇ ਦੀ ਫੀਡਰ ਕਿਵੇਂ ਬਦਲਿਆ ਜਾਊਗਾ ਜੀ 10 ਕਿਲੋਮੀਟਰ ਲੰਬਾ ਫੀਡਰ ਚੱਲਦਾ ਹੁੰਦਾ ਇਸ ਤਰ੍ਹਾਂ ਇੱਕ ਟਰਾਂਸਫਾਰਮ ਆ ਉਹ 100 ਦਾ ਉਹਦੇ ਤੇ ਮੁੜ ਕੇ 120 ਦਾ ਲੋਡ ਪਾ ਦਿਆਂਗੇ ਉਹਨੇ ਛੜਨਾ ਹੀ ਮੁੜ ਕੇ ਇਸ ਲਈ ਜਿਹੜਾ ਇਹ ਸਿਸਟਮ ਆ ਇਹ ਚਾਹੀਦਾ ਪਹਿਲਾਂ ਹੁੰਦਾ ਸੀ ਭਾਰਤੀ ਕਿਸਾਨ ਯੂਨੀਅਨ ਨੇ ਆਪ ਮੋਰਚਾ ਲਵਾ ਕੇ ਇਹਨਾਂ ਨੇ 31 ਜੁਲਾਈ ਤੱਕ ਕਰ ਲਿਆ ਵੀ 31 ਜੁਲਾਈ ਤੱਕ ਤੁਹਾਡਾ ਲੋਡ ਜਦ ਕਿ ਮੈਂ ਪਹਿਲਾਂ ਚਿੱਠੀ ਕਢਵਾਈ ਸੀ ਜਿਹੜਾ ਵੀ ਲੋਡ ਵਧਾਉਣਾ 31 ਮਾਰਚ ਤੱਕ ਵਧਾ ਲਓ ਜਿਹਨੇ ਪਹਿਲਾਂ ਲੋਡ ਵਧਾਉਣਾ 31 ਮਾਰਚ ਤੱਕ ਵਧਾ ਲੈਂਦੇ ਉਹਦੇ ਨਾਲ ਫਾਇਦਾ ਹੁੰਦਾ ਆ ਕਿ ਟ੍ਰਾਂਸਫਰ ਨਾਲ ਸਾਡੇ ਅੱਡੇ ਫੀਟਰ ওভারਲੋਡ ਨਾ ਹੁੰਦੇ ਮੈਂ ਉਹਦੇ ਮੋਗੇ 'ਚ ਕਹਿ ਕੇ ਬਧਾਇਆ ਵੀ ਮੁੜ ਕੇ ਨਹੀਂ ਵਧਾਉਣਾ ਜੀ ਇਹਨੇ ਵਧਾਉਣਾ ਦਾ 31 ਮਾਰਚ ਤੱਕ ਵਧਾ ਲਓ ਜੀ ਸ਼ਰਮਾ ਜੀ ਸਥਿਤੀ ਜੋ ਹੋ ਗਈ ਆ ਇਹ ਕਹਿ ਸਕਦੇ ਆ ਕੁਦਰਤੀ ਆਫ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਕੁਦਰਤ ਦੇ ਨਾਲ ਜਿਹੜਾ ਹੈਗਾ ਇਸ ਨੂੰ ਜਿੱਠਿਆ ਨਹੀਂ ਜਾ ਸਕਦਾ ਜੋ ਕੁਦਰਤੀ ਆਫਤ ਆਉਂਦੀ ਆ ਤੁਹਾਡੇ ਮੁਤਾਬਕ ਸਥਿਤੀ ਤੇ ਕਾਬੂ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਦੇਖੋ ਜੀ ਇਹ ਕਹਿਣਾ ਕਿ ਇਹ ਕੁਦਰਤ ਦੀ ਕ੍ਰਾਈਸਿਸ ਹੈ ਕਿ ਪ੍ਰੋਬਲਮ ਹੈਗੇ ਇਹ ਤਾਂ ਸਭ ਜਾਣਦੇ ਆ ਲੇਕਿਨ ਇਹ ਸਦਕੁਲ ਇੱਕ ਐਕਸਪਰਟਿਸ ਚੈਨਲ ਆ ਮੈਂ ਅਸੀਂ ਸਰ ਸਾਡੇ ਕੋਲ ਜਿਹੜਾ ਹੈਗਾ ਇਸ ਟਾਈਮ ਸਾਰਾ ਕੁਝ ਸਿਸਟਮ ਅਵੇਲੇਬਲ ਹੈ ਕਿ ਕਿਸ ਤਰ੍ਹਾਂ ਡਰਾਉਟ ਨੂੰ ਫੇਸ ਕਰਨਾ ਮੇਰਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੂੰ ਜਿਸ ਟਾਈਮ ਇਵਨ ਜਦ ਮੋਦੀ ਸਾਹਿਬ ਦੀ ਸਰਕਾਰ ਵੀ ਆਈ ਸੀਗੀ ਉਸ ਟਾਈਮ ਟਾਈਮ ਸੀਗਾ ਇਹਨਾਂ ਨੂੰ ਕਿ ਭਈ ਇੱਕ ਪਾਣੀ ਜਿਹੜਾ ਕਰਾਈਸਿਸ ਹੈਗਾ ਸਾਰਾ ਕਰਾਈਸਿਸ ਪਾਣੀ ਤੇ ਹੈ ਨਾ ਕਿਉਂ ਨਹੀਂ ਪਾਣੀ ਬਚਤ ਕਰਨ ਵਾਸਤੇ ਇੱਕ ਐਸਾ ਕੈਂਪੇਨ ਪੰਜਾਬ ਸਰਕਾਰ ਛੇੜਦੀ ਜਿਹਦੇ ਵਿੱਚ ਪੈਡੀ ਦੀ ਕਲਟੀਵੇਸ਼ਨ ਜਿਹੜੀ ਹੈ ਉਹ ਐਸਆਰਆਈ ਮੈਥਡ ਤੋਂ ਹੁੰਦੀ ਹੈ ਡਾਇਰੈਕਟ ਸੀਡਿੰਗ ਤੋਂ ਮੈਥਡ ਤੋਂ ਹੁੰਦੀ ਜੀ ਤੋ 30 40% ਪਾਣੀ ਬਚਦਾ ਹੈਗਾ ਅਗਰ ਇਹ ਇੱਕ ਮੋਹਮ ਛੇੜੀ ਜਾਂਦੀ ਪੰਜਾਬ ਵਿੱਚ ਤਾਂ ਮੈਨੂੰ ਲੱ ਉਨਾ ਦਾ ਫਾਇਦਾ ਹੋਣਾ ਸੀਗਾ ਸਰਕਾਰ ਦਾ ਵੀ ਹੋਣਾ ਸੀਗਾ ਔਰ ਪਰਿਆਵਰਣ ਦਾ ਹੀ ਫਾਇਦਾ ਹੋਣਾ ਸੀਗਾ ਜੇ ਇੱਕ ਕਰਦੀ ਸਰਕਾਰ ਲੇਕਿਨ ਕਿਤੇ ਨਾ ਕਿਤੇ ਸਰਕਾਰ ਸਿਰਫ ਬਿਜਲੀ ਔਰ ਆਪਣੇ ਡੀਜ਼ਲ ਦੇ ਉੱਪਰ ਆਪਣੇ ਅਸੀਂ ਰਹਿ ਕੇ ਡਿਪੈਂਡ ਕਰਕੇ ਰਹਿ ਗਏ ਆ ਕਿ ਬਸ ਇਹ ਸਾਡਾ ਸੋਲੂਸ਼ਨ ਹੈਗਾ ਪਰ ਕਿਤੇ ਇਹ ਸੋਚ ਕਿਉਂ ਨਹੀਂ ਆਉਂਦੀ ਮੈਨੂੰ ਯਾਦ ਆ ਕਿ ਨਿਤਿਸ਼ ਕੁਮਾਰ ਜੀ ਪਿਛਲੇ ਸਾਲ ਦੀ ਗੱਲ ਹੈ ਜਦ ਮੈਂ ਉਹਨਾਂ ਕੋਲ ਗਿਆ ਉਹਨਾਂ ਦੱਸਿਆ ਕਿ ਵੀ ਉਹਨਾਂ ਨੇ ਪੂਰੇ ਪ੍ਰਦੇਸ਼ ਵਿੱਚ ਇੱਕ ਛੋਟੇ ਛੋਟੀ ਵੈਨ ਲੈ ਕੇ ਇੱਕ ਕੈਂਪੇਨ ਸ਼ੁਰੂ ਕਰਤਾ ਕਿ ਐਸਆਰਆਈ ਮੈਥਡ ਜਿਹੜਾ ਫਾਰਮਿੰਗ ਦਾ ਉਹ ਕੋਈ ਕਰੋ ਝੋਨੇ ਦੀ ਬਿਜਾਈ ਹੈ ਉਹ ਐਸਆਰਆਈ ਜਿਹਨੂੰ ਸਿਸਟਮ ਇੰਟੈਂਸੀਫਿਕੇਸ਼ਨ ਕਹਿੰਦੇ ਆ ਉਹਨਾਂ ਕਰਾਈ ਗਈ ਉਥੇ ਉਹਨਾਂ ਦੇਖੋ ਪਾਣੀ ਉਹਨਾਂ ਨੇ ਖੁਦ ਮੈਨੂੰ ਕਿਹਾ ਕਿ 30 ਚਪਰ 30% ਪਾਣੀ ਐਵਰੇਜ ਬਚਦਾ ਹੈ ਉਹਨਾਂ ਨਾਲ ਜੇ ਪੰਜਾਬ ਨੇ ਵੀ ਕੀਤਾ ਹੁੰਦਾ ਇਨਸਟੈਡ ਆਫ ਗੋਇੰਗ ਫॉर ਡਾਈਵਰਸਿਫਿਕੇਸ਼ਨ ਹਰ ਵਾਰੀ ਜਿਹੜੀ ਗੱਲਾਂ ਹੁੰਦੀਆਂ ਆ ਉਹ ਤੋਂ ਬਚ ਕੇ ਅਗਰ ਅਸੀਂ ਇਹ ਕਰਦੇ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰਾ ਸਾਡਾ ਜਿਹੜਾ ਬਚਾਅ ਇਸ ਵਾਰੀ ਹੋ ਜਾਣਾ ਸੀਗਾ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਤਾਂ ਆਪਣੀ ਰਿਸਪੋਨਸਿਬਿਲਟੀ ਲੈਣੀ ਪੈਗੀ ਨਾ ਕਿਉਂਕਿ ਕੋ ਡਿਪਾਰਟਮੈਂਟ ਹੈ ਯੂਨੀਵਰਸਿਟੀ ਹੈ ਸਭ ਮਸ਼ੀਨਰੀ ਹੋਣ ਦੇ ਬਾਵਜੂਦ ਵੀ ਅਸੀਂ ਉਹ ਕੰਮ ਨਹੀਂ ਕਰ ਪਾਇਆ ਜਿਹੜਾ ਕਰਨਾ ਸੀਗਾ ਇਹ ਪਹਿਲਾ ਪ੍ਰੋਐਕਟਿਵ ਸਟੈਪ ਹੋਣਾ ਚਾਹੀਦਾ ਸੀਗਾ ਜਿਹੜਾ ਪ੍ਰੀਵੈਂਟਿਵ ਸਟੈਪ ਅਸੀਂ ਕਹਾਂਗੇ ਉਹਦੇ ਬਾਅਦ ਤੁਸੀਂ ਜਿਹੜਾ ਸਭ ਬਾਕੀ ਜੋ ਵੀ ਕੀਤਾ ਸਭ ਹੋਈ ਤਾਂ ਹੁਣ ਸਰਕਾਰ ਕੀ ਕਿਸਾਨਾਂ ਦੀ ਮਦਦ ਵਾਸਤੇ ਆਏਗੀ ਮੈਨੂੰ ਲੱਗਦਾ ਕਿ ਸਰਕਾਰ ਨੂੰ ਚਾਹੀਦਾ ਕਿ ਇੱਕ ਤਰ੍ਹਾਂ ਦਾ ਆਕੇ ਇੱਕ ਕਿਸਾਨਾਂ ਦੇ ਵਿਸ਼ਵਾਸ ਵਾਸਤੇ ਦੱਸੇ ਕਿ ਬਈ ਅਸੀਂ ਤੁਹਾਡੀ ਇਸ ਤਰ੍ਹਾਂ ਮਦਦ ਕਰਾਂਗੇ ਕਿ ਸਰਕਾਰ ਨੇ ਡਰਾਉਡ ਡਿਕਲੇਅਰ ਨਹੀਂ ਕੀਤਾ ਅਕਾਲ ਜਬ ਮੰਤਰੀ ਜੀ ਕਹਿ ਰਹੇ ਸੀਗਾ ਅਕਾਲ ਵੀ ਡਿਕਲੇਅਰ ਨਹੀਂ ਕੀਤਾ ਸਰਕਾਰ ਨੇ ਕਿਉਂ ਨਹੀਂ ਕੀਤਾ ਇਹ ਇਹਨਾਂ ਦੀ ਆਪਣੀ ਸੈਂਟਰਲ ਔਰ ਸਟੇਟ ਦੀ ਪੋਲਿਟਿਕਸ ਹੈਗੀ ਹੈ ਉਹਦੇ ਬਕਰਕੇ ਇਹਨਾਂ ਨੇ ਨਹੀਂ ਕੀਤਾ ਲੇਕਿਨ ਜੀ ਸਾਹਿਬ ਤਾਂ ਨੁਕਸਾਨ ਤਾਂ ਹੋ ਗਿਆ ਨਾ ਮੰਤਰੀ ਸਾਹਿਬ ਤੁਸੀਂ ਇਹ ਗੱਲ ਪੁੱਛਦੇ ਹੋ ਮੰਤਰੀ ਸਾਹਿਬ ਬਾਵਜੂਦ ਇਸ ਦੇ ਅਜੇ ਤੱਕ ਡਰਾਉਡ ਜਾਂ ਸੋਕਾ ਕਿਉਂ ਡਿਕਲੇਅਰ ਨਹੀਂ ਕੀਤਾ ਗਿਆ ਕੋਈ ਵੀ ਚੀਜ਼ ਸਮੇਂ ਤੋਂ ਪਹਿਲਾਂ ਨਹੀਂ ਕਰਨੀ ਚਾਹੀਦੀ ਅਸੀਂ ਤਾਂ ਅਜੇ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਅਜੇ ਹੁਣ ਵੀ ਨਹੀਂ ਪਾ ਦੇਵੇ ਸਾਡਾ ਕਾਫੀ 10 15% ਹੋਰ ਫਾਇਦਾ ਹੋ ਸਕਦਾ ਕਿਉਂਕਿ ਹਰ ਚੀਜ਼ ਦਾ ਸਮਾਂ ਹੁੰਦਾ ਪਿਛਲੀ ਅਜ ਤੋਂ 5 ਸਾਲ ਪਹਿਲਾਂ 5 ਸਤੰਬਰ ਨੂੰ ਵੀ ਪਿਆ ਸੀ ਉਹ ਜੀ ਉਹਦੇ ਨਾਲ ਸਾਡਾ ਕੋ ਫਾਇਦਾ ਹੋਇਆ ਸੀ ਇਸ ਲਈ ਕੁਦਰਤ ਦੇ ਦੇ ਬਸ ਆ ਉਹ ਤਾਂ ਦੇਖਾਂਗੇ ਬਾਅਦ ਚ ਲਾਸਟ ਜਾ ਕੇ ਪਤਾ ਲੱਗਦਾ ਹੁੰਦਾ ਜਦੋਂ ਕੀ ਫਸਲ ਦੀ ਕਟਾਈ ਹੋਣੀ ਉਹਦੋਂ ਇੱਕ ਹਫ਼ਤਾ ਪਹਿਲਾਂ ਦੱਸ ਦੇਣ ਪਹਿਲਾਂ ਪਤਾ ਲੱਗੂ ਸਾਡਾ ਕਿੰਨੇ ਪਰਸੈਂਟ ਨੁਕਸਾਨ ਹੋਇਆ ਫਿਰ ਉਹਦੀ ਪ੍ਰੋਬਲਮ ਬਣਾ ਕੇ ਭੇਜਾਂਗੇ ਤੇ ਸਰਵੇ ਸਾਰੇ ਕਰਾ ਰਹੇ ਆਂ ਜੀ ਪ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਝੋਨੇ ਨੂੰ ਘਟਾਉਣ ਵਾਸਤੇ ਕੁਝ ਨਹੀਂ ਕੀਤਾ ਮੈਂ ਹੈਰਾਨ ਹਾਂ ਕਿ ਸਭ ਤੋਂ ਵੱਧ ਇਹ ਕਿ ਮੱਕੀ ਦਾ ਬੀਜ ਖਰੀਦਾ ਕੰਪਨੀਆਂ ਤੋਂ ਉਹਦੇ ਸਬਸਿਡੀ ਦਿੱਤੀ ਔਰ ਸਭ ਤੋਂ ਵੱਧ ਮੱਕੀ ਦਾ ਪ੍ਰਚਾਰ ਕੀਤਾ ਕਿ ਮੱਕੀ ਬੀਜੀ ਜਾਵੇ ਝੋਨਾ ਘਟ ਬੀਜੋ ਮੱਕੀ ਦਾ ਝਾੜ ਬਹੁਤ ਨਿਕਲਦਾ ਪਰ ਇਹ ਵੀ ਕੰਢੀ ਏਰੀਆ ਚ ਇਹ ਕਿ ਮੀਂਹ ਪੈਣ ਨਾਲ ਕੰਢੀ ਏਰੀਆ ਸਭ ਤੋਂ ਵੱਧ ਮੱਕੀ ਦਾ ਨੁਕਸਾਨ ਹੋ ਰਿਹਾ ਸੀ ਆ ਮਹਿਸੂਸ ਕਰ ਰਹੇ ਹਾਂ ਪਰ ਜਿਵੇਂ ਸਾਡੇ ਏਰੀਆ ਦੇ ਵਿੱਚ ਜਿੱਥੇ ਇਰੀਗੇਸ਼ਨ ਦਾ ਪ੍ਰਬੰਧ ਹੈਗਾ ਸਹੀ ਉੱਥੇ ਮੱਕੀ ਦਾ ਨੁਕਸਾਨ ਨਹੀਂ ਹੋ ਰਿਹਾ ਇਸ ਲਈ ਮੇਰਾ ਕਹਿਣ ਤੋਂ ਭਾਵ ਕਿ ਕੁਝ ਏਰੀਆ ਹਨ ਪੰਜਾਬ ਦੇ ਜਿੱਥੇ ਨਾ ਇਰੀਗੇਸ਼ਨ ਦਾ ਚੰਗਾ ਪ੍ਰਬੰਧ ਦਾ ਨਾ ਪਿਪੂਲ ਦਾ ਪਾਣੀ ਵੀ 8-800 ਨਾਲ 900 ਫੁੱਟ ਤੇ ਟਿਊਬ ਲਾਈਏ ਤਾਂ ਬੜਾ ਮਹਿੰਗਾ ਪੈਂਦਾ ਪੰਜਾਬ ਨੇ ਆਡੀ ਕਾਰਪੋਰੇਸ਼ਨ ਨੂੰ ਲਾਇਆ ਤਾਂ ਵੀ ਉਹਨਾਂ ਨੂੰ ਪਾਣੀ ਪੂਰਾ ਨਹੀਂ ਮਿਲ ਰਿਹਾ ਇਸ ਲਈ ਕੁਝ ਇਸਾ ਇਸਾ ਹੈਗਾ ਜਿਹੜੇ ਜਿਹੜੇ ਕਿਸਾਨ ਪਹਿਲਾਂ ਮੈਂ ਬੋਲਦੇ ਸੁਣ ਰਿਹਾ ਸੀ ਵਾਕੇ ਉਹਨਾਂ ਦਾ ਦੁੱਖ ਠੀਕ ਆ ਜੀ ਇਸ ਲਈ ਜਿੱਥੋਂ ਤੱਕ ਸਾਡੇ ਆਪ ਦੇ ਪ੍ਰਚਾਰ ਦੀ ਗੱਲ ਆ ਕੋਈ ਵੀ ਕੁਦਰਤ ਦਾ ਮੁਕਾਬਲਾ ਨਹੀਂ ਕਰ ਸਕਦਾ ਪਹਿਲਾਂ ਲੋਕ ਕਹਿੰਦੇ ਬਰਫ ਪੈਣੀ ਨਹੀਂ ਜੀ ਪਾਣੀ ਘਟ ਜੂਗਾ ਜੀ ਏਅਰ ਕੀ ਬਰਫ ਵੱਧ ਪਈ ਗਰਮੀ ਦੇ ਨਾਲ ਸਾਡਾ ਡੈਮ ਛੇਤੀ ਭਰ ਗਿਆ ਮੀਂਹ ਪਿਆ ਨਹੀਂ ਡੈਮ ਭਰੇ ਫਿਰਦੇ ਸਾਡੇ ਇਸ ਲਈ ਇਰੀਗੇਸ਼ਨ ਦਾ ਹੀ ਵਧੀਆ ਪ੍ਰਬੰਧ ਦਿੱਤਾ ਜਿਹੜਾ 10000 ਕਿਊਸਕਾ ਅਸੀਂ ਰੋਪੜ ਤੋਂ ਛੱਡਦੀ ਅੱਜ 12000 ਕਿਊਸਕਾ ਉਹ ਨਹਿਰ ਛੱਡ ਰਹੇ ਹਾਂ ਅਸੀਂ ਦਰਾ ਨਹਿਰ ਚ ਇਸ ਲਈ ਦੂਸਰੀ ਦੋਆਬਾ ਨਹਿਰ ਚ ਵੱਧ ਪਾਣੀ ਛੱਡ ਰਹੇ ਹਾਂ ਇਰੀਗੇਸ਼ਨ ਦਾ ਪਾਣੀ ਦਾ ਤੁਸੀਂ ਸਰਵੇ ਕਰਕੇ ਦੇਖੋ ਇਹ ਕਿ ਸਭ ਤੋਂ ਵੱਧ ਪਾਣੀ ਇਸ ਇਰੀਗੇਸ਼ਨ ਦਿੰਦਾ ਜੀ ਭੁੱਲਰ ਸਾਹਿਬ ਮੰਤਰੀ ਸਾਹਿਬ ਦੇ ਵੱਲੋਂ ਜੋ ਗੱਲ ਦੱਸੀ ਗਈ ਹੈ ਕਿ तमाम ਪ੍ਰਬੰਧ ਸਰਕਾਰ ਦੇ ਵੱਲੋਂ ਕੀਤੀ ਗਈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਮੁਸੀਬਤ ਦੇ ਨਾਲ ਤੁਹਾਡੇ ਮੁਤਾਬਕ ਅਸਲियत ਕੀ ਹੈ ਬਿਜਲੀ ਦੀ ਪਾਣੀ ਦੀ ਸਮੱਸਿਆਵਾਂ ਕਿੰਨੀਆਂ ਕੋ ਤੁਹਾਨੂੰ ਸਾਹਮਣੇ ਕਰਨਾ ਪੈ ਰਿਹਾ ਜਿਵੇਂ ਮੰਤਰੀ ਸਾਹਿਬ ਨੇ ਵੀ ਇਸ ਗੱਲ ਨੂੰ ਮੰਨ ਲਿਆ ਕਿ ਕਾਂਢੀ ਏਰੀਆ ਦੇ ਵਿੱਚ ਜਿਹੜੀ ਹਾਲਤ ਹੈ ਉਹ ਬਹੁਤ ਮਾੜੀ ਹੈ ਮੈਂ ਖਾਸ ਕਰਕੇ ਦੱਸਣਾ ਚਾਹੁੰਦਾ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਸਿਰਫ 11% بارش ਹੋਈ ਹੈ ਸਾਡੇ ਏਰੀਆ ਦੇ ਵਿੱਚ ਮੇਰਾ ਮੁਹਾਲੀ ਤੇ ਖਰੜ ਤੇ ਆਪਣਾ ਤਹਿਸੀਲ ਮੁਹਾਲੀ ਆ ਤੇ ਖਰੜ ਦੀ ਗੱਲ ਕਰਦਾ ਨਾਲ ਹੀ ਕਾਂਢੀ ਏਰੀਆ ਦੀ ਤੇ ਬਹੁਤ ਹੀ ਘੱਟ بارش ਹੋਈ ਹੈ ਦੂਜੀ ਗੱਲ ਇਹ ਹੈ ਮੈਂ ਤੁਹਾਡੇ ਜਾਣ ਵਿੱਚ ਲਿਆਉਣਾ ਚਾਹੁੰਦਾ ਜੇ ਸਾਡੇ ਬਿਜਲੀ ਜਿਹੜੀ 6 ਘੰਟੇ ਨਹੀਂ ਹੈ 5 ਘੰਟੇ ਹੀ ਹੈ ਤੇ ਤੀਜੀ ਗੱਲ ਇਹ ਹੈ ਕਿ ਅਗਰ ਸਾਨੂੰ ਹੁਣ ਬਚਾਉਣਾ ਜਿਹੜੀ ਜੀਰੀ ਦੀ ਕ੍ਰੌਪ ਹੈ ਮੈਂ ਇਹ ਗੱਲ ਧਿਆਨ ਵਿੱਚ ਮੰਤਰੀ ਜੀ ਦੇ ਲੈਣਾ ਚਾਹੁੰਦਾ ਵੀ ਸਾਰਾ ਖਰਚਾ 42 ਦਿਨ ਦੇ ਅੰਦਰ ਅੰਦਰ ਹੋ ਲੈਂਦਾ ਤੇ ਇਸ ਕ੍ਰੌਪ ਨੂੰ 42 ਤੋਂ ਹੁਣ 50 ਦਿਨ ਦੇ ਉੱਪਰ ਹੋ ਗਏ ਲਈ ਨੂੰ ਜਿੰਨਾ ਇਹਦੇ ਤੇ ਖਰਚਾ ਹੋਣਾ ਸੀ 15000 ਰੁਪਏ ਸਾਡਾ ਆ ਚੁੱਕਿਆ ਹੈ ਜੇ ਹੁਣ ਸਾਨੂੰ ਬਚਾਉਣਾ ਇਸ ਏਰੀਏ ਨੂੰ ਤਾਂ ਮੇਰਾ ਖਿਆਲ ਹੈ ਵੀ ਸਾਨੂੰ ਜਿਹੜੀ ਬਿਜਲੀ ਹੈ ਪੰਜਾਬ ਨਾਲੋਂ ਵੱਖ ਕਰਕੇ ਨਾ ਤਾਂ ਇੱਥੇ ਕੋਈ ਨਹਿਰੀ ਪਾਣੀ ਹੈ ਨਾ ਸਾਡੇ ਜਿਹੜੇ ਬੋਰ ਹੈਗੇ ਉਹ ਸੁੱਕਦੇ ਜਾ ਰਹੇ ਨੇ ਕਿਉਂਕਿ ਇਹ ਹੀਟਾ ਜਰਨਿੰਗ ਵਾਟਰ ਹੈ ਸਟੇਬਲ ਵਾਟਰ ਇੱਥੇ ਕੋਈ ਹੈ ਨਹੀਂ ਸਾਡੇ ਤੋਂ 2 ਘੰਟੇ 4 ਘੰਟੇ ਬਾਅਦ ਲੈਵਲ ਜਿਹੜਾ ਪਾਣੀ ਦਾ ਟੁੱਟ ਜਾਂਦਾ ਤੇ ਮੋਟਰਾਂ ਬਿਲਕੁਲ ਪਾਣੀ ਘਟ ਦੇ ਰਹੀਆਂ ਨੇ ਜੇ ਸਾਨੂੰ ਬਚਾਉਣਾ ਤਾਂ ਮੇਰੇ ਖਿਆਲ ਵਿੱਚ ਘੱਟੋ ਘੱਟ ਸਾਨੂੰ 15 ਘੰਟੇ ਜਾਂ 10 12 ਘੰਟੇ ਦਿਓ ਮੰਤਰੀ ਸਾਹਿਬ ਤੋਂ ਮੈਂ ਜਵਾਬ ਲੈਣਾ ਚਾਹੁੰਗਾ ਮੰਤਰੀ ਸਾਹਿਬ ਕੰਢੀ ਇਲਾਕੇ ਦੇ ਕਿਸਾਨ ਨੇ ਭੁੱਲਰ ਸਾਹਿਬ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ 5 ਘੰਟੇ ਬਿਜਲੀ ਨਹੀਂ ਮਿਲ ਰਹੀ ਹੈ ਜਿਹੜੀ ਇਹਨਾਂ ਦੀ ਗੱਲ 100% ਸਹੀ ਹੈ ਭੁੱਲਰ ਸਾਹਿਬ ਦੀ ਮੈਂ ਆਪ ਜਦੋਂ ਪਰਸੋਂ ਮੋਗੇ ਤੋਂ ਆ ਰਿਹਾ ਸੀ ਮੈਂ ਆਪ ਉੱਤਰ ਕੇ ਖਾੜ ਢੀਰਗੇ ਦੇ ਵਿੱਚ ਏਰੀਏ 'ਚ ਦੇਖਿਆ ਤੀੜਾਂ ਪਈਆਂ ਸੀਆਂ ਝੋਨੇ ਸਾਰਾ ਉਥੇ ਇਰੀਗੇਸ਼ਨ ਦਾ ਕੋਈ ਨਹਿਰੀ ਪ੍ਰਬੰਧ ਨਹੀਂਗਾ ਉਹ ਬਹੁਤਾ ਟਿਊਬਲ ਤੇ ਨਿਰਭਰ ਸੀਗਾ ਜੀ ਔਰ ਇਹ ਜੇ ਥਾਵਾਂ ਦੇ ਉੱਤੇ ਮੈਂ ਆਪ ਇਹਨਾਂ ਦੀ ਗੱਲ ਨੂੰ ਜਦਾਂ ਵੀ ਘੱਟੋ-ਘੱਟ ਹੁਣ ਕੁਦਰਤੀ ਕਿਰਪਾ ਹੀ ਆਈ ਗਈ ਆ ਬਿਜਲੀ ਇਸ ਬੈਲਟ 'ਚ ਵਧ ਦਿੱਤੀ ਜਾਵੇ ਜਿੱਥੇ ਇਰੀਗੇਸ਼ਨ ਦਾ ਬਹੁਤ ਪ੍ਰਬੰਧ ਹੈਗਾ ਸਰਸਾ ਦਾ ਹੁਣ ਹਫ਼ਤੇ ਬਾਅਦ ਇੱਕ ਭਰਮਾ ਪਾਣੀ ਵੀ ਇਸ ਝੋਨੇ ਨੂੰ ਦੂਰੀ ਤਾਂ ਵੀ ਸਰ ਸਕਦਾ ਸਾਡਾ ਹਫ਼ਤੇ ਬਾਅਦ ਵੀ ਜਿੱਥੇ ਸਾਨੂੰ ਰੋਜ਼ ਦੇਣਾ ਪੈਂਦਾ ਹੀ ਪਹਿਲਾਂ ਤੋਂ ਬੂਝਾ ਮਾਰਿਆ ਹੋਇਆ ਛਾਂ ਹੈਗੀ ਝੋਨੇ ਦੀ ਪਰ ਇਸ ਏਰੀਏ ਦੇ ਵਿੱਚ ਝੋਨੇ ਦਾ ਕਦ ਵੀ ਉਹਨਾਂ ਨੇ ਮੈਂ ਦੇਖਿਆ ਫਿਰਕੇ ਝੋਨੇ ਦੇ ਵਿੱਚ ਤੇੜਾ ਵੀ ਖਾਧੀਆਂ ਵੀਆਂ ਕੰਢੀ ਏਰੀਏ ਦੇ ਵਿੱਚ ਤੇ ਤੇੜਾ ਵਾਲੇ ਥਾਂ ਪਾਣੀ ਰੁਕਦਾ ਵੀ ਨਹੀਂਗਾ ਇਸ ਲਈ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਗੁਰੂ ਮੈਂ ਆ ਆ ਮੁੱਖ ਮੰਤਰੀ ਨਾਲ ਗੱਲ ਕਰਨੂੰ ਸਾਡੀ ਕੱਲ ਨੂੰ ਮੀਟਿੰਗ ਵੀ ਹੈ ਇਸ ਮਸਲੇ ਦੇ 4 ਵਜੇ ਜੀ ਵੀ ਵੱਧ ਤੋਂ ਵੱਧ ਆਪਾਂ ਇਸ ਏਰੀਏ ਨੂੰ ਜਿਹੜੇ ਇਹਦੇ ਤੇ ਫੀਡਰ ਚੱਲਦੇ ਜੰਨੇ ਉਹਨੂੰ 8 ਘੰਟੇ ਬਿਜਲੀ ਦੇਗੇ ਤਾਂ ਕਿ ਲੋਕ ਬਚ ਸਕਣ ਜੀ ਮੰਤਰੀ ਸਾਹਿਬ 66 ਸਾਲ ਹੋ ਗਏ ਪੰਜਾਬ ਦਾ ਕਿਸਾਨ ਅੱਜ ਵੀ ਇਹਨਾਂ ਦਿੱਕਤਾਂ ਦੇ ਨਾਲ ਕਿਉਂ ਜੂਝ ਰਿਹਾ ਕਿਉਂਕਿ ਖੇਤੀ ਪ੍ਰਧਾਨ ਸੂਬਾ ਪੰਜਾਬ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤਵੱਜੂ ਇਸ ਗੱਲ ਨੂੰ ਦੇਣੀ ਚਾਹੀਦੀ ਹੈ ਕਿ ਕਿਸਾਨ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇ ਆਪਾਂ ਨੂੰ ਕਹਿਣਾ ਬੜਾ ਸੌਖਾ ਹੁੰਦਾ ਜੀ ਹਰ ਇੱਕ ਸਰਕਾਰ ਦੀ ਨੀਤ ਦੇਖਣੀ ਚਾਹੀਦੀ ਹੈ ਇਹੀ ਸਰਕਾਰ ਸੀ ਸਾਡੀ ਜੀ ਨੇ 1997 ਦੇ ਵਿੱਚ ਅਸੀਂ ਉਸ ਵੇਲੇ ਬਿਜਲੀ ਦੇ ਬਿੱਲ ਮਾਫ ਕੀਤੇ ਔਰ ਜੋ ਬਿਜਲੀ ਦੇ ਬਿੱਲ ਮਾਫ ਕੀਤੇ ਸੀ ਉਦੋਂ ਇਹੀ ਲੋਕ ਕੁਝ ਪ੍ਰਚਾਰ ਕਰਦੇ ਹੁੰਦੇ ਸੀ ਕਿ ਬਿਜਲੀ ਦੇ ਦੇਣ ਜੀ ਬਿੱਲ ਅਸੀਂ ਦੇ ਦਿਆਂਗੇ ਪੁੱਛਣਾ ਵੀ ਦੱਸੋ ਕਿਹੜੇ ਸੂਬੇ 'ਚ ਬਿਜਲੀ ਵੱਧ ਮਿਲਦੀ ਆ ਅਸੀਂ ਤਾਂ ਫੇਰ ਵੀ 8 ਘੰਟੇ ਬਿਜਲੀ ਦਿੰਦੇ ਰਹੇ 6 ਘੰਟੇ ਦਿੰਦੇ ਰਹੇ ਕੀ ਉਦੋਂ ਵੱਧ ਬਿਜਲੀ ਦੇ ਹੀ ਨਹੀਂ ਸਕਦੇ ਸਾਡੀਆਂ ਲਾਈਨਾਂ ਜਿਹੜੀਆਂ ਓਵਰਲੋਡ ਹੋ ਜਾਂਦੀਆਂ ਜਿੱਦੇ ਫੀਡਰਾਂ ਲੋਡ ਨਹੀਂ ਚੁੱਕ ਸਕਦੇਗੇ ਇਸ ਲਈ ਕਹਿਣਾ ਬੜਾ ਸੌਖਾ ਹੁੰਦਾ ਜਿਹੜੇ ਉਦੋਂ ਕਹਿੰਦੇ ਰਹੀ ਬਿੱਲ ਦੇ ਦਿਆਂ ਕਿ ਬਿੱਲ ਦੇ ਸਕਦੇ ਆ ਕਿ ਅੱਜ ਆਪਾਂ ਸੋਚਿਆ ਹਰ ਇੱਕ ਕਿਸਾਨ ਦੀ ਕਿਸੇ ਦੀ 15 ਪਾਵਰ ਦੀ ਮੋਟਰ ਹੈ ਕੀ 20 ਪਾਵਰ ਦੀ ਮੋਟਰ ਪਾਈ ਆ ਇਹ ਦੀ ਵੀ ਪਾਵਰ ਦੀ ਮੋਟਰ ਪਾਈ ਆ ਜੀ ਉਹ 1 ਘੰਟੇ 20 ਜੂੰਟ ਖਾ ਜਾਂਦੀ ਆ 6 ਰੁਪਏ ਜੂੰਟ ਦੇ ਲਾਗੇ 120 ਜੂੰਟ ਹੋ ਗਏ 1 ਘੰਟੇ ਦੇ ਤੇ ਜੇ 8 ਘੰਟੇ 6 ਘੰਟੇ ਬਿਜਲੀ ਦਿੱਤੀ ਤਾਂ 720 ਰੁਪਏ ਦੀ ਹੋਗੀ 1 ਦਿਹਾੜੀ ਦੀ ਤੇ ਇਹ ਧੰਨ ਸਰਕਾਰ ਆ ਜਿਹੜੀ ਇਹਨਾਂ ਬੋ ਚੁੱਕ ਰਹੀ ਆ ਕਿਸਾਨਾਂ ਦੀ ਖਾਤਰ ਉਹ ਤਾਂ 97 ਚ ਅੱਜ ਤੋਂ 17 ਸਾਲ ਪਹਿਲਾਂ ਹੀ ਫੈਸਲਾ ਲਿਆ ਸੀ ਕਿਸਾਨ ਨੂੰ ਜੇ ਬਚਾਉਣਾ ਸਾਡੇ ਵੱਸ ਨਹੀਂ ਦਿੱਲੀ ਸਰਕਾਰ ਬੰਦ ਭਾ ਬੰਦੀ ਆ ਮੈਂ ਵਿਦਵਾਨ ਸਾਹਿਬ ਜੀ ਬੋਲਿਆ ਸੀ ਅਸੀਂ ਬਾਲ ਮੁੱਖ ਮੰਤਰੀ ਨਾਲ ਜਾ ਕੇ ਮਿਨਿਸਟਰਿੰਗ ਮਿਲ ਕੇ ਆਏ ਆ ਵੀ 1967 76 ਰੁਪਏ ਪਰ ਕੁਇੰਟਲ ਕਣਕ ਦਾ ਭਾਅ ਬੰਨਿਆ ਸੀ ਉਦੋਂ ਮਗਰੋਂ ਜਿਹੜੀਆਂ ਫਸਲਾਂ ਦਾ ਭਾਅ 15 ਜਾਂ 16 ਗੁਣਾ ਵਧਿਆ ਜਿਹੜੀਆਂ ਚੀਜ਼ਾਂ ਸੀ ਵਰਤਦੇ ਉਹਨਾਂ ਦਾ ਪਾਸ 100 ਤੋਂ 150 ਗੁਣਾ ਵੱਧ ਗਿਆ ਜੀ ਮੈਂ ਮੈਂ ਸ਼ਰਮਾ ਮੈਂ ਸ਼ਰਮਾ ਜੀ ਤੋਂ ਜਾਨਣਾ ਚਾਹੂੰਗਾ ਮੰਤਰੀ ਸਾਹਿਬ ਸ਼ਰਮਾ ਜੀ ਕੀ ਕਾਰਨ ਹੈ ਕਿ ਅਜੇ ਵੀ ਪੰਜਾਬ ਦੇ ਕਿਸਾਨ ਨੂੰ ਮੌਨਸੂਨ ਤੇ ਜਿਹੜਾ ਹੈਗਾ ਆਧਾਰਤ ਹੋਣਾ ਪੈਂਦਾ ਜਾਂ ਫਿਰ ਕੇਂਦਰ ਸਰਕਾਰ ਤੇ ਡਿਪੈਂਡ ਹੋਣਾ ਪੈ ਰਿਹਾ ਦੇਖੋ ਜੀ ਦੋਸਤ ਮੌਨਸੂਨ ਦੀ ਗੱਲ ਕਹੀ ਹੈ ਇਹ ਕੋਈ ਬੁਰੀ ਗੱਲ ਨਹੀਂ ਹੈ ਮੌਨਸੂਨ ਸ ਲੇਕਿਨ ਸਡਨਲੀ ਜਿਹੜਾ ਅਸੀਂ ਦੇ ਸਡਨਲੀ ਮਤਲਬ ਕੁਝ ਸਾਲਾਂ ਤੋਂ ਕ੍ਰਾਈਸਿਸ ਵੱਧਦਾ ਦੇਖ ਰਹੇ ਹਾਂ ਉਹਦਾ ਕਾਰਨ ਇੱਕ ਹੈਗਾ ਜੋ ਇੰਟੈਂਸਿਵ ਫਾਰਮਿੰਗ ਸਿਸਟਮ ਪੰਜਾਬ ਦਾ ਹੈਗਾ ਵੀਟ ਰਾਈਸ ਵੀਟ ਰਾਈਸ ਗੰਨਾ ਵਿੱਚ ਆ ਗਿਆ ਸਾਰਾ ਪਾਣੀ ਜਿਹੜਾ ਐਗਜ਼ੌਸਟ ਕੀਤਾ ਉਹਨਾਂ ਨੇ ਗਰਾਊਂਡ ਵਾਟਰ ਉਹ ਤੁਸੀਂ ਜਾਣਦੇ ਹੋ ਕਿ 75% ਅਗਰ ਤੁਸੀਂ ਟਿਊਬਲ ਤੋਂ ਖਿੱਚ ਰਹੇ ਹੋ ਤਾਂ ਪਾਣੀ ਵਾਟਰ ਟੇਬਲ ਥੱਲੇ 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 ਜਾਇਆ ਜਾਂਦਾ ਹਰ ਸਾਲ ਔਰ ਉਹ ਜਾਣਾ ਵੀ ਹੈ ਜਿਸ ਤੇ ਕਿ ਉਹਨਾਂ ਅਸੀਂ ਫਾਰਮਿੰਗ ਕਰਦੇ ਆ ਰਹੇ ਲੇਕਿਨ ਜਿਹੜਾ ਡਾਈਵਰਸਿਫਿਕੇਸ਼ਨ ਦੀ ਗੱਲ ਪੰਜਾਬ ਵਿੱਚ ਹੁੰਦੀ ਹੈ ਮੇਰਾ ਮੰਨਣਾ ਹੈ ਕਿ ਉਹਦੇ ਉੱਪਰ ਡਿਬੇਟ ਪਹਿਲੇ ਹੋਣੀ ਚਾਹੀਦੀ ਹੈ ਇੱਕ ਰਿਪਲੇਸ ਕਰਨਾ ਕ੍ਰੌਪ ਨੂੰ ਉਹ ਜਵਾਬ ਨਹੀਂ ਸੀਗਾ ਜਵਾਬ ਇਹ ਸੀਗਾ ਕਿ ਡਾਈਵਰਸਿਫਿਕੇਸ਼ਨ ਕ੍ਰੌਪਿੰਗ ਸਿਸਟਮ ਦਾ ਸਤਾ ਕੀਤਾ ਜਾਣਾ ਕਿ ਕ੍ਰੋਪਿੰਗ ਪੈਟਰਨ ਦਾ ਕਿਸਾ ਕੀਤਾ ਜਾਏ ਮੈਂ ਇਹ ਸਾਂ ਕਹਿ ਰਿਹਾ ਸੀ ਕਿ ਜੇ ਤੁਸੀਂ ਝੋਨੇ ਚੱਕਰ 30% ਪਾਣੀ ਪਾ ਜਾ ਸਕਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕੀ ਤਕਲੀਫ ਸੀਗੀ ਕਿਉਂ ਨਹੀਂ ਪੰਜਾਬ ਉਸ ਗੱਲ ਤੇ ਇੱਕ ਮੋਹਿਮ ਛੇੜ ਕੇ ਉਹ ਕਮਪੇਨ ਕਰ ਸਕਦਾ ਹੈਗਾ ਦੂਜੀ ਗੱਲ ਤੁਸੀਂ ਕੋ ਇਵਨ ਅਮਰੀਕਾ ਵਿੱਚ ਕੈਲੀਫੋਰਨੀਆ ਔਰ ਟੈਕਸਾਸ ਪ੍ਰੋਵਿੰਸ ਵਿੱਚ 3 ਸਾਲ ਤੋਂ ਸੁੱਖਾ ਪੈ ਰਿਹਾ ਇਹ ਸੁੱਖਾ ਜਿਹੜਾ ਹੈਗਾ ਸਿਰ ਪੰਜਾਬ ਜਾਂ ਹਿੰਦੁਸਤਾਨ ਚ ਨਹੀਂ ਪੈ ਰਿਹਾ ਉਧਰ ਵੀ 3 ਸਾਲ ਤੋਂ ਪੈ ਰਿਹਾ ਔਰ ਬੁਰਾ ਹਾਲ ਹੋ ਗਿਆ ਉਸ ਸਟੇਟਸ ਦਾ ਦੋਨਾਂ ਦਾ ਕਿਸਾਨ ਖੇਤੀ ਛੱਡ ਕੇ ਬਾਹਰ ਆ ਗਏ ਹੈਗੇ ਉੱਥੇ ਵੀ ਇਹੀ ਕ੍ਰਾਈਸਿਸ ਹੈਗਾ ਲੇਕਿ ਇਥੇ ਸਾਡੇ ਦਾ ਇਥੇ ਹੈ ਮੰਤਰੀ ਜਿਸ ਨੇ ਪਹਿਲੇ ਕਹ ਰਹੇ ਸੀਗੇ ਮੈਨਾਂ ਨਾਲ ਸਹਿਮਤ ਵੀ ਹੈ ਕਾਫੀ ਹੱਦ ਤੱਕ ਕਿ ਭਈ ਇੱਕ ਤੁਹਾਨੂੰ ਯਾਦ ਹੋਵੇਗਾ ਸੈਂਟਰਲ ਗਵਰਨਮੈਂਟ ਦੇ ਮੰਤਰੀ ਹੁੰਦੇ ਸੀਗੇ ਐਗਰੀਕਲਚਰ ਚਤੁਰਨੰਦ ਮਿਸ਼ਰ ਜੀ ਚਤੁਰਨੰਦ ਮਿਸ਼ਰ ਜੀ ਆਪਣੇ ਆਪ ਕਹਿ ਕਰਦੇ ਸੀਗੇ ਕਿ ਭਈ ਐਕਚੁਅਲੀ ਮੈਂ ਦੇਸ਼ ਦਾ ਮੰਤਰੀ ਮੈਂ ਨਹੀਂ ਐ ਮਿਸਟਰ ਮੌਨਸੂਨ ਐ ਜੀ ਜੇ ਅਸੀਂ ਇਹੀ ਸੋਚ ਕੇ ਚੱਲਾਂਗੇ ਕਿ ਮਿਸਟਰ ਮੌਨਸੂਨ ਹੀ ਦੇਸ਼ ਦਾ ਮੰਤਰੀ ਐ ਫਿਰ ਤੱਕ ਕੰਮ ਨਹੀਂ ਚੱਲੇਗਾ ਆਈ ਥਿੰਕ ਗਵਰਨਮੈਂਟ ਹੈਸ ਟੂ ਰੀਅਲੀ ਬੀ ਪ੍ਰੋਐਕਟਿਵ ਔਨ ਥਿਸ ਬਿਲਕੁਲ ਬਿਲਕੁਲ ਸਰਕਾਰ ਦਾਈ ਫਰਜ਼ ਬਣਦਾ ਹੈ ਕਿ ਇਸ ਵਿਸ਼ ਅ ਹੱਲ ਕੀ ਹੈ ਸਰਕਾਰ ਤੋਂ ਕਿਸਾਨ ਕੀ ਆਸ ਰੱਖੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਨੂੰ ਮੁਆਵਜ਼ੇ ਦੇ ਤੌਰ ਤੇ ਕੀ ਮੁਹੱਈਆ ਕਰਵਾਇਆ ਜਾ ਸਕਦਾ ਹੈ ਸਰਕਾਰ ਦਾ ਪਹਿਲਾ ਫਰਜ਼ ਸੀ ਲੋਕਾਂ ਦੀ ਫਸਲ ਪਾਲਣਾ ਫਸਲ ਪਾਲਣ ਲਈ ਇਰੀਗੇਸ਼ਨ ਦਾ ਪਾਣੀ ਪੂਰਾ ਦਿੱਤਾ ਕਿਸੇ ਵੀ ਜ ਜਿੰਨੀਆਂ ਨਹਿਰਾਂ ਉਹਦਾ ਰਿਕਾਰਡ ਕਢਾ ਕੇ ਦੇਖ ਲਓ ਤਾ 10 ਜੂਨ ਤੋਂ ਬਾਅਦ ਅਸੀਂ ਕੋਈ ਬੰਦੀ ਨਹੀਂ ਆਉਣ ਦਿੱਤੀ ਨੰਬਰ 1 ਜੀ ਨੰਬਰ 2 ਬਿਜਲੀ ਦਾ ਪ੍ਰਬੰਧ ਪੂਰਾ ਸਹੀ ਰੱਖਿਆ 8 ਘੰਟੇ ਪਹਿਲਾਂ ਫਿਰ 6 ਘੰਟੇ ਜੇ ਕਿਤੇ ਟ੍ਰਿਪਿੰਗ ਹੋ ਰਹੀ ਹੈ ਕਹਿੰਦੇ 5 ਘੰਟੇ 4 ਘੰਟੇ ਉਤੋਂ ਆਰਡਰ 6 ਘੰਟੇ ਤੇ ਜੇ ਟ੍ਰਿਪਿੰਗ ਤਾਂ ਕਰਦੀ ਹੈ ਕਿ ਉਹ ਫੀਡਰ ਓਵਰਲੋਡ ਆ ਇਸ ਲਈ ਦੂਸਰੀ ਗੱਲ ਜਿਹੜੀ ਗੱਲ ਸੀ ਪਹੁੰਚ ਕਰਨ ਦੀ ਵੀ ਸਰਕਾਰ ਕਿਸਾਨਾਂ ਨੂੰ ਕੀ ਮਿਲਣਾ ਜਿੱਥੇ ਪੰਜਾਬ ਸਰਕਾਰ ਦੇ ਉੱਤੇ ਕਰੋੜਾਂ ਰੁਪਈਆ ਦਾ ਬੋਝ ਪਿਆ ਇੰਨਾ ਸਾਨੂੰ ਕੋਲਾ ਵੱਧ ਪਾ ਲੈਣਾ ਪਿਆ ਬਿਜਲੀ ਵੱਧ ਦੇਣੀ ਪਈ ਮੁਫਤ ਬਿਜਲੀ ਦੇਣੀ ਕਿਸਾਨਾਂ ਨੂੰ ਬਹੁਤ ਵੱਡਾ ਬੋਝ ਪਿਆ ਜਮੀਨ ਪਾਏ ਸਾਡਾ ਲੱਖਾਂ ਰੁਪਈਆ ਕਰੋੜਾਂ ਰੁਪਈਆ ਵੱਜ ਜਾਂਦਾ ਪੰਜਾਬ ਸਰਕਾਰ ਦਾ ਇਹ ਜਦੋਂ ਬਿਜਲੀ ਦੇ ਵਾਸਤੇ ਇਸ ਲਈ ਇੱਕ ਤਾਂ ਉਹ ਬੋਝ ਅਸੀਂ ਆਪ ਚੁੱਕ ਰਹੀ ਪੰਜਾਬ ਸਰਕਾਰ ਦੂਸਰਾ ਅਸੀਂ ਦਿੱਲੀ ਕੋਸ਼ਿਸ਼ ਕਰ ਰਹੇ ਆਂ ਵੀ ਸਾਨੂੰ ਦੂਸਰੇ ਸੂਬਿਆਂ ਦੇ ਬਰਾਬਰ ਨਾ ਗਿਣੋ ਸਾਡਾ ਖੇਤੀ ਦਾ ਖਰਚਾ ਬਹੁਤ ਆਉਂਦਾ ਸਾਡੇ 30 ਤੋਂ ਲੈ ਕੇ 35000 40 40000 ਜ਼ਮੀਨ ਦਾ ਠੇਕਾ ਔਰ ਬਾਹਰ 5-5 10000 ਰੁਪਏ ਦਾ ਠੇਕਾ ਉਹ ਖਾਦ ਵੀ ਨਹੀਂ ਪਾਉਂਦੇ ਹੋਰ ਸੂਖਤਾਂ ਵੀ ਸਾਡੇ ਅਸੀਂ 20 ਕੁਇੰਟਲ ਐਵਰੇਜ ਲੈਣੇ ਆਂ ਕਣਕ ਦੀ 24 ਕੁਇੰਟਲ ਐਵਰੇਜ 25 ਕੁਇੰਟਲ ਅਸੀਂ ਝੋਨੇ ਦੀ ਐਵਰੇਜ ਲੈਣੇ ਆਂ ਮੱਕੀ ਦੀ ਅਸੀਂ 30 ਤੋਂ 35 ਕੁਇੰਟਲ ਐਵਰੇਜ ਲੈਣੇ ਆਂ ਇਸ ਲਈ ਉਹ ਦੂਸਰੇ ਸੂਬਿਆਂ ਦੀ ਜਿਹੜੀ ਐਵਰੇਜ ਆ ਕਿ ਉਹ ਉੱਥੇ ਦੇਖੋ ਉਹਦੇ ਮੁਤਾਬਕ ਸਾਨੂੰ ਡੀਲ ਕਰੋ ਕਿ ਸਾਡੀ ਉਹਨਾਂ ਤੋਂ ਪੈਦਾਵਾਰ ਪ੍ਰੋਡਕਸ਼ਨ ਆ ਦੁੱਗਣੀ ਜਾਂ ਤਿਗਣੀ ਆ ਤੇ ਜੇ ਸਾਨੂੰ ਉਹਨਾਂ ਦੇ ਬਰਾਬਰ ਮੀਟਰ ਲਾਉਂਗੇ ਕਿ ਉਹਨਾਂ ਦਾ ਵੀ ਨੁਕਸਾਨ ਇਨਾਂ ਏਕੜ ਦਾ ਹੋਇਆ ਇਨਾਂ ਦਾ ਸਾਡਾ ਹੋਇਆ ਇਹ ਸਾਡੇ ਵਾਸਤੇ ਨੁਕਸਾਨ ਦੇ ਆ ਪੰਜਾਬ ਵਾਸਤੇ ਜੀ